ਆਹ ਮੈਂ ਦਰਾ ਟਰੈਕਟਰ ਆਪਣਾ ਹੈ ਠੀਕ ਹੈ 4x4 ਇਹ ਵੀ ਪੁਰਾਣੇ ਆ ਪੁਰਾਣਾ ਲੱਤਾਂ ਹੁਣ ਆਪਣਾ ਹੈ ਭਾਈ ਪੂਰਾ ਘਰੇ ਬਣਾਇਆ ਪਿਆ ਹਾਂ ਫਾਰਮ ਹਾਊਸ ਥੋੜ੍ਹੀ ਤਾਂ ਘਰ ਆ ਇੱਧਰ ਅੱਛਾ ਇੱਕ ਆਹ ਰੂਮ ਅੱਛਾ ਇੱਧਰ ਪੈਣ ਪੁਣ ਵਾਸਤੇ ਠੀਕ ਹੈ ਸਿੱਧੂ ਗੋਤ ਨੂੰ ਵਰਦਾਨੇ ਆ ਭਾਈ ਤਰੱਕੀ ਇਕੱਠੀ ਕਰਦੇ ਤੁਸੀਂ ਪਹਿਲਾਂ ਕਰਨੀ ਨੀ ਹੈਗੀ ਜਦੋਂ ਸਿੱਧੇ ਸਿੱਧੂ ਮੂਸੇ ਵਾਲੀ ਬਣਦੇ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੱਗੀ ਜੀ ਆਪਣੇ ਕੰਮਾਂ ਕਾਰਾਂ ਪਰ ਤੇ ਹੁਣ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰੀਏ ਹੁਣ ਸਾਡਾ ਇੱਕ ਵਿਚਾਰ ਬਣ ਰਿਹਾ ਵੀ ਅਸੀਂ ਹੁਣ ਢਾਬਾ ਢੂਬਾ ਖੋਲੀਏ ਖਾਣੇ ਪੀਣੇ ਵਾਲਾ ਕੁਝ ਗਾੜ ਜਿਹਾ ਲਈਏ ਜਿਹੜਾ ਸਾਡੇ ਮੇਨ ਟੈਲੈਂਟ ਹੈ ਘਰਾਂ ਵਿੱਚ ਬੈਠੇ ਬੋਰ ਹੋ ਗਏ ਬਾਈ ਘਰ 'ਚ ਬੈਠੇ ਬੋਰ ਹੋ ਗਏ ਤੇ ਕਰੀਏ ਕੋਈ ਪ੍ਰੋਪਰਟੀ ਡੀਲਰ ਦਾ ਕੰਮ ਸ਼ੁਰੂ ਜੇ ਭਾਈ ਕਿਸੇ ਨੇ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ ਖਰੜ ਮੋਹਾਲੀ ਸਾਈਡ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਨਿੰਮਾ ਪ੍ਰੋਪਰਟੀ ਡੀਲਰ ਫਸਲ ਲਾ ਗਾ ਨਿੰਮਾ ਦੁਦਾ ਯਾਰ ਜਿਹੜਾ ਦੁੱਖ ਚ ਵੀ ਖੜ ਜਾਵੇ ਸੁਖਾਂ ਚ ਤਾਂ ਹਰੇਕ ਬੰਦਾ ਨੇੜੇ ਨੂੰ ਆਉਂਦੀ ਹੈ ਸੁਖਾਂ ਚ ਹਰੇਕ ਬੰਦਾ ਕੋਲ ਨੂੰ ਭੱਜਦਾ ਸੌ ਰੁਪਏ ਦੀ ਜਿੱਦਾਂ ਮੈਂ ਪਹਿਲਾਂ ਕਿਹਾ ਨਿੰਮੇ ਬਾਈ ਪਤਾ ਤਾਂ ਉਦੋਂ ਹੀ ਲੱਗਦਾ ਜਦੋਂ ਕੋਈ ਦੁੱਖ ਆਉਂਦਾ ਜਾਂ ਕਿਸੇ ਪਰ ਫਿਰ ਪਤਾ ਲੱਗਦਾ ਹੁਣ ਸਾਡੇ ਪਿੰਡ ਮੁੰਡਾ ਇੱਕ ਉਹ ਵਿਚਾਰੇ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਤੇ ਫਿਰ ਉਹਦੀ ਭਾਈ ਮੈਂ ਮਦਦ ਕੀਤੀ ਕੋਈ ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਵੀ ਸੁਖਾਂ ਚ ਤਾਂ ਹਰੇਕ ਬੰਦਾ ਖੜ ਜਾਂਦਾ ਕੱਢਲਾ ਯਾਰ ਫਿਰ ਕੱਢਲਾ ਮੈਂ ਕੱਢਦਾ ਤੇਰੇ ਨਾਲ ਤੈਨੂੰ ਜਾਣਾ ਕਾਹਲੀ ਤੇਰੀ ਗੱਡੀ ਵੱਡੀ ਹੈ ਨਾ ਵੀ ਸੁਖਾਂ ਚ ਤਾਂ ਹਰੇਕ ਬੰਦਾ ਸ਼ਾਮਿਲ ਹੋ ਜਾਂਦਾ ਯਾਰ ਜਾਂ ਬੰਦੇ ਨੂੰ ਕਿਸੇ ਦੁੱਖ ਪੈਂਦਾ ਨਾ ਫਿਰ ਉਹਨੂੰ ਮੈਂ ਕਿਹਾ ਭਾਈ ਜਿੰਨੀ ਵੀ ਤੇ ਸਰਿਆ ਉਹਦੀ ਵੀ ਆਪਾਂ ਨੇ ਹੈਲਪ ਕੀਤੀ ਠੀਕ ਹੈ ਭਾਈ ਉਹਨੂੰ ਇਹ ਵੀ ਕਹਿਤਾ ਜੇ ਲੋੜ ਹੋਈ ਹੋਰ ਵੀ ਦੱਸ ਦੀ ਲੰਦਾ ਨਹੀਂ ਜਾਇਆ ਕਹਿੰਦਾ ਕੋਈ ਗੱਲ ਨਹੀਂ ਦੁੱਖ ਸੁੱਖਾਂ ਦਾ ਚੱਲਦੇ ਰਹਿੰਦੇ ਮੈਂ ਨਾ ਕੋਈ ਗੱਲ ਨਹੀਂ ਯਾਰ ਏਦੀ ਮਿਲ ਗਿਲ ਕੋਈ ਕੰਮ ਚੱਲਦੇ ਹੁੰਦੇ ਸਾਰੇ ਆਹ ਬਣ ਰਿਹਾ ਇੱਥੇ ਭਾਈ ਆਹ ਜਿਹੜਾ ਖੱਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਇਹ ਇੱਧਰ ਤੇ ਉਹ ਸਾਨੂੰ ਦਿਖਾਉਂਦਾ ਇੱਥੇ ਤੱਕ ਨੂੰ ਸਾਨੂੰ ਜਾਣਾ ਨਹੀਂ ਹੈ ਕੈਮਰਾ ਇੱਧਰ ਸਾਡੀ ਨਾ ਕੱਲ੍ਹ ਇੱਕ ਗੱਲ ਚੱਲਦੀ ਸੀ ਨਿੰਮੇ ਇੱਕ ਬੰਦੇ ਨਾਲ ਇੱਦਾਂ ਕਹਿੰਦਾ ਹੁਣ ਜਿਹੜੇ ਰੋਡ ਬਣ ਰਹੇ ਆ ਇਹ ਧਰਤੀ ਤੋਂ ਘੱਟੋ ਘੱਟ ਵੀ 5-5 ਫੁੱਟ ਉੱਚਾ ਚੱਕ ਕੇ ਬਣਾ ਰਹੇ ਆ ਇਹ ਕਹਿੰਦਾ ਵੀ ਇਹਨਾਂ ਨੂੰ ਪਿੱਲਰਾਂ ਪਰ ਵੀ ਤਾਂ ਬਣਾ ਸਕਦੇ ਤੇ 20 ਕਿਲੋਮੀਟਰ ਪਿੱਲਰਾਂ ਪਰ ਲੈ ਜਾਂਦੇ ਉਹ ਤਾਂ ਕਿਤੇ ਫਿਰ ਥੱਲੇ ਲਾਹ ਲੈਂਦੇ ਫਿਰ ਚੱਕ ਲੈਂਦੇ ਫਿਰ ਲਾਹ ਲੈ ਫਿਰ ਚੱਕ ਲੈਂਦੇ ਥੱਲੇ ਨੂੰ ਤਾਂ ਹਵਾ ਕ੍ਰੋਸ ਪਾਣੀ ਕ੍ਰੋਸ ਹੋਈ ਜਾਂਦਾ ਉੱਥੇ ਬਾਹਰ ਦੇਖਿਆ ਨੀ ਆਪਣਾ ਪਿੱਲਰਾਂ ਪਰ ਉਹ ਪਿੱਲਰਾਂ ਪਰ ਹੋ ਸਕਦਾ ਤਾਂ ਪਰ ਚਲੋ ਆਪਣੀ ਆਪਣੀ ਜਿਹੜੀ ਉਹ ਹੈ ਕਿਆ ਕਹਿੰਦੇ ਹੁੰਦੇ ਆ ਬਾਈ ਲੋਕਾਂ ਨੇ ਮਿੱਟੀਆਂ ਵਿੱਚ ਗਾਉਣੀਆਂ ਦੀਆਂ ਯਾਰ ਮਿੱਟੀਆਂ ਵਿੱਚ ਜੋ ਤਾਂ ਜਿਹੜੀ ਹੈ ਫਿਰ ਮਿੱਟੀ ਕਿੰਨਾ ਭਰਤ ਪਿਆ ਕਿਆ ਕੁਛ ਹੋਇਆ ਮੈਂ ਤਾਂ ਇਹ ਹੈ ਨਾ ਹਾਂ ਪਾਣੀ ਕਰੋ ਪਾਣੀ ਸਟਕ ਹੋ ਜਾਣਾ ਪਾਣੀ ਕ੍ਰੋਸ ਹੋ ਜਾਣਾ ਜੋ ਤਾਂ ਫਿਰ ਥੱਲੇ ਨੂੰ ਜਿੱਦਾਂ ਮਰਜ਼ੀ ਭਾਵੇਂ ਥੱਲੇ ਫਸਲ ਬੀਜੀ ਜਾਂਦੇ ਜੋ ਮਰਜ਼ੀ ਕਰੀ ਜਾਂਦੇ ਹੋਰ ਹੋਰ ਇਹ ਤਾਂ ਹੈ ਥੱਲੇ ਜਿਹਦੀ ਜਗ੍ਹਾ ਪਈ ਰਹਿਣ ਦਿੰਦੇ ਲਾਹੌਰ ਉੱਪਰ ਉੱਪਰ ਜਾਂਦਾ ਨਾਲੇ ਥੱਲੇ ਬਹਿ ਜਾਂਦਾ ਅਗਲਾ
ਦਿਮਾਗ ਨਹੀਂ ਚੱਲਦੇ ਯਾਰ ਦਿਮਾਗ। ਤੁਸੀਂ ਕਮੈਂਟ ਕਰੋ ਵੀ ਇਹ ਗੱਲ ਸਾਡੀ ਠੀਕ ਆ ਜਾਂ ਗਲਤ ਆ, ਏਦਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ। ਹੋ ਸਕਦਾ ਬਾਈ, ਹਾਂ ਪਿੱਲਰਾਂ ਪਿਛਾ ਜ਼ਿਆਦਾ ਖਰਚਾ ਹੁੰਦਾ ਹੋਵੇ, ਖਰਚਾ ਜ਼ਿਆਦਾ ਹੋਣਾ ਤਾਂ ਤਾਂ ਕਰਕੇ ਖਰਚਾ ਜ਼ਿਆਦਾ ਹੋ ਸਕਦਾ ਹੀ ਹੋ ਸਕਦਾ, ਸਰੀਆ ਜ਼ਿਆਦਾ ਪੈਣਾ ਤਾਂ ਪਿੱਲਰ ਦਾ ਬਾਈ ਥੋੜ੍ਹੇ ਥੋੜ੍ਹੇ ਦੂਰ ਰੱਖਣੇ ਪੈਣੇ ਤੇ ਸਪੋਰਟ ਬਹੁਤ ਕਰਨੀ ਪੈਂਦੀ ਹੈ ਨਾ। ਚਲੋ ਚਲੋ ਕੋਈ ਗੱਲ ਨਹੀਂ ਬਾਈ, ਬਾਈ ਕਿਹਾ ਜਾ ਬਣਾ ਕੇ ਵੀ ਦੇਖ ਲਓ ਕਿਹੋ ਜਿਹਾ ਬਣਾ, ਖਰੜ ਵਾਲਾ ਬਣਾਇਆ ਹੋਇਆ ਨੀ ਯਾਰ, ਸਿਟੀ ਆਫ ਡ੍ਰੀਮਸ ਹੋਮਸ ਫੋਰ ਐਵਰੀ ਜਨਰੇਸ਼ਨ ਇਹਦੀ ਲਿਖਿਆ ਨਾ, ਇੱਥੇ ਉਹ ਦਫ਼ਤਰ ਇਹਨਾਂ ਦਾ ਯਾਰ, ਹੁਣ ਕਿਹੜਾ ਉਹ ਦਫ਼ਤਰ ਇਹਨਾਂ ਦਾ ਕਾਫੀ ਲੋਕੇਸ਼ਨਾਂ ਦੇਖ ਲਈਆਂ, ਗੇੜੇ ਬਹੁਤ ਮਾਰੇ, ਨਿੰਮਾ ਫਿਰ ਗੱਡੀ ਸੁਣ ਕਹਿੰਦਾ ਲੈਣਾ ਤੈ, ਮੈਨੂੰ ਕਹਿੰਦਾ ਰਾਤ ਮੇਰੇ ਨਾਲ ਸਵਾਰ ਆਇਆ, ਥੱਕ ਜਾਂਦੇ ਸਿੱਧੂ ਫਾਰਮ ਹਾਊਸ ਲਾਓ ਕਰ ਦਵਾਂ ਗੱਡੀ ਇੱਕ ਮਿੰਟ, ਕਿੱਥੇ ਬੰਦਾ ਫਾਰਮ ਹਾਊਸ ਬਣਾਇਆ ਪੂਰਾ ਤਕੜਾ ਯਾਰ, ਦੇਖਤਾ ਸੀ ਲੇਜ਼ਰ ਕਰਾ, ਸਾਰੀਆਂ ਚੀਜ਼ਾਂ ਪਈਆਂ ਬਾਈ ਕੋਲ, ਹਾਂ ਪੁਰਾਣੇ ਟਾਈਮ ਦੀਆਂ ਗੱਡੀਆਂ ਖੜੀਆਂ ਹੈ। ਕਿੱਧਰ ਆ ਸਾਹਿਬ, ਪਿੱਛੇ ਪਿੱਛੇ ਲੱਗਿਆ ਕੌਣ ਭਾਈ, ਦੇਖ ਪੂਰੀ ਚੀਜ਼ ਬਣਾਈ ਪਈ ਯਾਰ ਫਾਰਮ ਹਾਊਸ ਦੇ, ਹੈਂ ਫਾਰਮ ਹਾਊਸ ਐਡਾ ਬੜਾ, ਟਰੈਕਟਰ ਛੋਟਾ ਜਿਹਾ ਲੱਤਾ ਹੋਇਆ। ਲੈ ਭਾਈ ਸਵੀਮਿੰਗ ਪੂਲ ਵੀ ਬਣਾਇਆ ਵੀਰ ਨੇ, ਗੱਡੀਆਂ ਪੁਰਾਣੀਆਂ ਵੀ ਰੱਖੀਆਂ ਹੋਈਆਂ। ਅੱਛਾ ਦਾਦਾ ਜੀ ਵੀ ਆ, ਠੀਕ ਹੈ, ਆਹ ਮੈਂ ਤੇਰਾ ਟਰੈਕਟਰ ਆਪਣਾ ਹੈ, ਠੀਕ ਹੈ 4x4, ਇਹ ਵੀ ਪੁਰਾਣੇ ਆ, ਪੁਰਾਣਾ ਲੱਤਾ ਹੋਣਾ ਆਪਣਾ ਹੈ। ਅੱਛਾ ਫਾਦਰ ਸਾਹਿਬ ਦਾ, ਠੀਕ ਹੈ ਜੀ, ਠੀਕ ਲਾਡੀ ਭਾਜੀ ਨੂੰ ਪਤਾ ਤੁਹਾਡੇ ਫਾਰਮ ਬਾਰੇ, ਕਹਿੰਦਾ ਜਿਹੜਾ ਪਿੱਛੇ ਜਿਹੇ ਬਣਾਇਆ ਜਾ ਕੇ, ਸ਼ਾਇਦ ਆਏ ਹੁਣ ਕਦੇ ਦੇਖਣ, ਉਹ ਪ੍ਰੋਪਰਟੀ ਪਤਾ ਹੋਊਗਾ। ਹਾਂ ਹਾਂ ਅੱਛਾ ਜੀ, ਵੱਡੇ ਤਵੀਆਂ ਖੜੀ ਇੱਧਰ ਇੱਧਰ ਖੜੀ ਹੈ। ਅੱਛਾ ਜੀ ਧੋਣ ਦੇ ਆਪਣੀ ਲਾਇਆ ਕੜ ਫਿਰ, ਇਹ ਵੀ ਗੱਲ ਸਹੀ। ਅੱਛਾ ਜੀ ਨਹੀਂ ਇਹ ਛੋਟਾ ਖਿੱਚਦਾ ਟਰੈਕਟਰ, ਹਾਂ ਛੋਟੀਆਂ ਇਹ ਛੋਟੇ ਹੈ, ਠੀਕ ਹੈ ਯਾਰ, ਦੂਏ ਖਿੱਚਦੇ ਦੂਏ ਖਿੱਚਦੇ ਆ,
ਮੀਂਹ ਯਾਰ ਪੈਣਾ ਚਾਹੀਦਾ ਥੋੜਾ ਜਿਹਾ ਲੋਡ ਚ ਹੈ ਅੱਛਾ ਪਿੱਛੇ ਤੱਕ ਹੁਣ ਚਲੀ ਗਿਆ ਠੀਕ ਹੈ ਠੀਕ ਹੈ ਠੀਕ ਇਹ ਸਵਾਗਾ ਇਹ ਹਾਲੇ ਦੇ ਸਾਹਮਣੇ ਕੈਮਰੀ ਖੜੀ ਵੀਰ ਕਹਿੰਦੇ ਪੂਰੇ ਇੰਡੀਆ ਚ ਇੱਕੋ ਆ ਸਾਡੇ ਕੋਲ ਅੱਛਾ ਲੈਫਟ ਹੈਂਡ ਡਰਾਈਵ ਆ ਬੱਲੇ 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 ਠੀਕ ਹੈ ਠੀਕ ਇਹ ਬਾਈ ਸਿੱਧੂ ਗੋਤ ਨੂੰ ਬਰਦਾਨੇ ਆ ਬਾਈ ਤਰੱਕੀ ਇਕੱਠੇ ਉਹ ਕਰਦੇ ਤੁਸੀਂ ਪਹਿਲਾਂ ਕਰਨੀ ਨਹੀਂ ਹੈਗੀ ਜਦ ਸਿੱਧੇ ਸਿੱਧੂ ਮੂਸੇ ਵਾਲੀ ਬਣਦੇ ਫਿਰ ਨਹੀਂ 72 ਸਾਡਾ ਲੱਕੀ ਹੈ ਅੱਛਾ ਜੀ ਸਾਨੂੰ 72 ਵਾਲੀ ਕਹਿੰਦੇ ਜਾ ਤੱਕ ਅੱਛਾ 72 ਵਾਲੇ ਆਪਣੀ 72 ਗਰੁੱਪ ਹੀ ਹੈ ਅੱਛਾ ਜੀ ਠੀਕ 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 ਆਜੋ ਭਾਈ ਪੂਰਾ ਘਰੇ ਬਣਾਇਆ ਪਿਆ ਫਾਰਮ ਹਾਊਸ ਥੋੜੀ ਤਾਂ ਘਰ ਆ ਤੇ ਪੱਖੇ ਤਾਂ ਕਾਹਨੂੰ ਚਲਾਉਣੇ ਤੇ ਇੱਧਰ ਅੱਛਾ ਇੱਕ ਆਹ ਰੂਮ ਅੱਛਾ ਇੱਧਰ ਪੈਣ ਪੁਣ ਵਾਸਤੇ ਠੀਕ ਹੈ ਨਹੀਂ ਕਹਿ ਲਓ ਗੈਸਟ ਰੂਮ ਕਹਿ ਲਓ ਇੱਧਰ ਅੱਛਾ ਮੂਹਰੇ ਆਪਣਾ ਰੂਮ ਆ ਜੀ ਠੀਕ ਹੈ ਠੀਕ ਘਰੇ ਆਹ ਵੀ ਚੀਜ਼ ਵਧੀਆ ਕਰੀ ਇੱਕ ਕਦਮ ਥੱਲੇ ਉਤਰਦੇ ਹਨ ਹੈਨਾ ਲਓ ਜੀ ਵੀਰ ਉਹਨਾਂ ਦਾ ਜਿੱਦੀ ਘਰ ਆਹ ਪੁਰਾਣਾ ਇਹ ਵੀ ਸਾਂਭ ਕੇ ਰੱਖਿਆ ਹੋਇਆ ਕੋਈ ਕਿਸੇ ਨੇ ਪ੍ਰੀ ਵੈਡਿੰਗ ਸ਼ੂਟਿੰਗ ਵਾਲਾ ਆ ਜਾਇਓ ਭਾਈ ਜੀ ਨੇ ਆਉਣਾ ਹੋਇਆ ਐਨੀ ਟਾਈਮ ਫ੍ਰੀ 'ਚ ਕਰਾ ਦਾਂਗੇ ਭਾਈ ਠੀਕ ਨੇ ਕੋਈ ਪੈਸਾ ਨਹੀਂ ਲੈਣਾ ਹੈਗਾ ਅਸੀਂ ਖਾਨਪੁਰ ਪਿੰਡ ਦਾ ਬੰਨਾ ਆ ਜਾਂਦਾ ਜੀ ਅੱਛਾ ਬੰਨਾ ਇੱਥੇ ਤੇ ਭਾਗੋਵਾਂ ਚ ਰਹਿ ਜਾਂਦਾ ਠੀਕ ਹੈ ਜੀ ਆਪਣੇ ਘਰਾਂ ਪੁੱਜ ਗਿਆ ਤੇ ਮੀਂਹ ਦੀ ਬਹੁਤ ਜ਼ਿਆਦਾ ਸਪੀਡ ਹੋ ਗਈ ਆ ਦੇਖੋ ਕਿੱਦਾਂ ਪੈ ਰਿਹਾ ਟਾਈਮ ਨਾਲ ਘਰ ਆ ਗਿਆ ਅਫਸਰ ਬੰਦੇ ਨੂੰ ਬੰਦੇ ਲੈਣ ਪਾਤੇ ਖੜੇ ਆ ਸਾਰੀ ਵਾਰ ਚੱਕਰ ਛਤਰੀ ਥੱਲੇ ਚਲੋ ਆਪ ਜਾਣ ਥੋੜਾ ਜਾ ਆਪ ਜਾਣ ਥੋੜਾ ਚੱਕ ਲੋ ਫੋਨ ਤੇ ਭੱਜ ਕੇ ਚੱਲੀਏ ਅਸੀਂ ਬਚਾਲੇ ਆ ਜਾਈਏ ਇੱਧਰ ਆ ਜਾ ਇੱਧਰ ਆ ਜਾ ਘੱਟੋ ਘੱਟ ਵੀ ਇੱਕ ਘੰਟਾ ਵੀ ਪੈਣਾ ਚਾਹੀਦਾ ਕੈਮਰੇ ਥੋੜੇ ਜਿਹੇ ਜੂਠੇ ਜੱਤ ਲੱਗੇ ਹੋਏ ਹੁਣ ਸਾਫ਼ ਹੋਇਆ ਅੱਜ ਇੱਕ ਬੰਦਾ ਮੈਨੂੰ ਮਿਲਿਆ ਤੇ ਮੈਂ ਕਿਹਾ ਮੀਂਹ ਪਵਾ ਦੇ ਕਹਿੰਦਾ ਸ਼ਾਮ ਨੂੰ ਇੰਨਾ ਕੁ ਮੀਂਹ ਪੈਣਾ
ਸਾਰੀ ਰਾਤ ਪੈਣਾ ਕਹਿੰਦਾ, ਸਾਰੀ ਰਾਤ ਪਈ ਜਾਣਾ ਨੈੱਟ ਪਰ। ਮੈਂ ਤਾਂ ਦਿਨ ਦਾ ਦੇਖਿਆ ਤਾਂ ਨੈੱਟ ਦਾ ਥੋੜ੍ਹਾ ਜਿਹਾ ਵੀ ਜਿੱਦਾਂ ਪਰਸੈਂਟ ਜ਼ਿਆਦਾ ਦੱਸੀ ਹੋਈ ਸੀ ਨੈੱਟ ਪਰ, ਦੇਖਿਆ ਨੈੱਟ ਪਰ ਦੇਖਿਆ ਕੋਈ ਨਹੀਂ ਹੋਇਆ ਬਸ। ਜਦੋਂ ਨਾ ਹੁਣ ਜੇ ਪੰਜ ਛੇ ਮਿੰਟ ਪੈ ਗਿਆ ਅਸੀਂ ਕਹਿਣਾ ਬੰਦ ਕਰ ਲਾ ਬਸ ਬਹੁਤ ਆ। ਅੱਛਾ ਹੁਣ ਠੀਕ ਹੈ, ਸੋਹਣਾ ਪੈ ਗਿਆ ਹੁਣ ਤਾਂ ਠੀਕ ਹੈ, ਹੁਣ ਠੀਕ ਹੈ ਬਸ ਬਸ ਹੋਰ ਨਹੀਂ ਚਾਹੀਦਾ ਬਸ ਰੋਕਣਾ ਬਸ। ਉੱਪਰੋਂ ਵੱਡੀ ਮਾਂ ਚੱਲੀ ਠੀਕ ਹੈ ਮੰਮੀ ਠੀਕ ਹੈ।